3B2 ਮੋਹਾਲੀ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ, ਮੂੰਹੋਂ ਬੋਲਦੀਆਂ ਤਸਵੀਰਾਂ, ਇੱਥੇ ਕੀ ਕੁਛ ਚੱਲ ਰਿਹਾ ਆ, ਕਿਵੇਂ ਇੱਥੇ ਕਬਜ਼ੇ ਹੋਏ ਹੋਏ ਨੇ, ਦਿਨ ਦਿਹਾੜੇ ਕਬਜ਼ੇ ਚੱਲ ਰਹੇ ਨੇ, ਜਿੱਥੇ ਲੋਕਾਂ ਨੇ ਆਪਣੀਆਂ ਗੱਡੀਆਂ ਖੜਾਉਣੀਆਂ ਹੁੰਦੀਆਂ ਨੇ ਉੱਥੇ ਟੇਬਲ ਲਗਾ ਕੇ ਰਸਤੇ ਜਿਹੜੇ ਬਲੌਕ ਕੀਤੇ ਹੋਏ ਨੇ ਦੁਕਾਨਦਾਰਾਂ ਵੱਲੋਂ। ਦਸ ਅਮਰ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਅੱਜ ਤੁਹਾਨੂੰ ਅਸੀਂ ਲੈ ਕੇ ਪਹੁੰਚ ਚੁੱਕੇ ਹਾਂ 3B2 ਮੋਹਾਲੀ। 3B2 ਮੋਹਾਲੀ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ, ਮੂੰਹੋਂ ਬੋਲਦੀਆਂ ਤਸਵੀਰਾਂ, ਇੱਥੇ ਕੀ ਕੁਛ ਚੱਲ ਰਿਹਾ ਆ, ਕਿਵੇਂ ਇੱਥੇ ਕਬਜ਼ੇ ਹੋਏ ਹੋਏ ਨੇ, ਦਿਨ ਦਿਹਾੜੇ ਕਬਜ਼ੇ ਚੱਲ ਰਹੇ ਨੇ, ਜਿੱਥੇ ਲੋਕਾਂ ਨੇ ਆਪਣੀਆਂ ਗੱਡੀਆਂ ਖੜਾਉਣੀਆਂ ਹੁੰਦੀਆਂ ਨੇ ਉੱਥੇ ਟੇਬਲ ਲਗਾ ਕੇ ਰਸਤੇ ਜਿਹੜੇ ਬਲੌਕ ਕੀਤੇ ਹੋਏ ਨੇ ਦੁਕਾਨਦਾਰਾਂ ਵੱਲੋਂ, ਵੀ ਗਾਹਕਾਂ ਦੇ ਬੈਠਣ ਦੀ ਦੁਕਾਨ ਬਣਾਈ ਹੋਈ, ਥਾਂ ਬਣਾਈ ਹੋਈ ਆ, ਉਸ ਤੋਂ ਇਲਾਵਾ ਗੇੜੀ ਰੂਟ ਕਿੰਨਾ ਚੱਲਦਾ, ਕਿਵੇਂ ਇੱਥੇ ਲੋਕ ਪਰੇਸ਼ਾਨ ਨੇ, ਉਰੇ ਰਾਤਾਂ ਤੱਕ ਕੀ ਕੁਛ ਚੱਲਦਾ ਉਹ ਵੀ ਦਿਖਾਵਾਂਗੇ। ਹੁਣ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ 3B2 ਦੀ, ਜਿੱਥੋਂ ਐਂਟਰੀ ਹੁੰਦੀ ਹੈ ਸੱਚ ਧੰਨ ਗੁਰਦੁਆਰੇ ਦੇ ਸਾਹਮਣੇ ਹੋ, ਉੱਥੋਂ ਤੁਹਾਨੂੰ ਦਿਖਾ ਰਹੇ ਹਾਂ, ਇੱਥੇ ਚਾਹ ਵਾਲੀਆਂ ਕਾਫੀ ਦੁਕਾਨਾਂ ਖੁੱਲੀਆਂ ਹੋਈਆਂ ਨੇ, ਉਸਦੇ ਬਾਹਰ ਜਿੱਥੇ ਲੋਕਾਂ ਨੇ ਆਪਣੀਆਂ ਗੱਡੀਆਂ ਖੜਾਉਣੀਆਂ ਹੁੰਦੀਆਂ ਉੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਵੱਡੇ ਵੱਡੇ ਟੇਬਲ ਲਗਾ ਕੇ, ਇੱਥੇ ਤੁਸੀਂ ਦੇਖ ਸਕਦੇ ਹੋ ਨੀਚੇ ਜਿੰਨੀ ਜਗ੍ਹਾ ਸਾਰੀ ਬਲੌਕ ਕੀਤੀ ਹੈ, ਬਲਕਿ ਇੱਕ ਪਾਰਕਿੰਗ ਦੀ ਜਗ੍ਹਾ ਤੁਸੀਂ ਦੇਖ ਸਕਦੇ ਹੋ, ਟੇਬਲ ਕਿਸ ਤਰ੍ਹਾਂ ਇਹ ਟੇਬਲ ਜਿਹੜੇ ਕਿ ਲਾਈਨ ਵਾਈਜ਼ ਲੱਗੇ ਹੋਏ ਨੇ ਵੀ ਕੋਈ ਬੰਦਾ ਗੱਡੀ ਅੱਗੇ ਨਾ ਲਿਜਾ ਸਕੇ, ਵੀ ਗੱਡੀ ਵਾਸਤੇ ਇੱਥੇ ਕੋਈ ਜਗ੍ਹਾ ਹੈ ਨਹੀਂ, ਬਲਕਿ ਪਾਰਕਿੰਗ ਦੇ ਵਿੱਚ ਜਿਹੜਾ ਕਿ ਨਜਾਇਜ਼ ਕਬਜ਼ਾ ਆ। ਅੱਗੇ ਤੱਕ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹਰੇਕ ਦੁਕਾਨਦਾਰ ਦੇ ਵੱਲੋਂ ਇਹ ਮੂੜਿਆਂ ਵਾਲਾ ਜਿਹੜਾ ਇੱਥੇ 3B2 ਦੇ ਵਿੱਚ ਟ੍ਰੈਂਡ ਚੱਲਿਆ ਹੋਇਆ ਆ, ਵੀ ਕਿਸ ਤਰ੍ਹਾਂ ਮੂੜੇ ਲਾ ਕੇ ਲੋਕ ਜਿਹੜੇ ਇੱਥੇ ਬਹਿੰਦੇ ਨੇ। ਸੋ ਅੱਗੇ ਤੱਕ ਤੁਸੀਂ ਦੇਖ ਸਕਦੇ ਪੂਰੀ ਦੀ ਪੂਰੀ ਜਗ੍ਹਾ ਇਹ ਜਿਹੜੀ ਕਿ ਇਹਨਾਂ ਵੱਲੋਂ ਮੱਲੀ ਗਈ ਹੈ, ਪਰ ਪ੍ਰਸ਼ਾਸਨ 3B2 ਮੋਹਾਲੀ ਦਾ ਅਜਿਹਾ ਫੇਜ਼ ਹੈ, ਅਜਿਹਾ ਸੈਕਟਰ ਹੈ ਜਿੱਥੇ 24 ਘੰਟੇ ਹਰੇਕ ਵੱਡੇ ਤੋਂ ਵੱਡਾ ਅਫਸਰ, ਛੋਟੇ ਤੋਂ ਛੋਟਾ ਅਫਸਰ ਇੱਥੋਂ ਨਿਕਲਦਾ ਹੈ, ਪਰ ਕੀ ਅਫਸਰਾਂ ਦੀ ਨਿਗਾਹ ਦੇ ਵਿੱਚ ਇਹ ਚੀਜ਼ਾਂ ਨਹੀਂ ਆਉਂਦੀਆਂ। ਸੋ ਬਿਲਕੁਲ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਂਦੇ ਹਾਂ। ਸੋ ਬਿਲਕੁਲ ਇਹ 3B2 ਜਿਹੜਾ ਕਿ ਗੇੜੀ ਰੂਟ ਦੇ ਨਾਮ ਦੇ ਨਾਲ ਬਹੁਤ ਜ਼ਿਆਦਾ ਮਸ਼ਹੂਰ ਹੈ, ਇੱਥੇ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਜਨਤਾ ਜਿਹੜੀ ਕਹਿ ਦਈਏ, ਕਿਉਂਕਿ ਕਾਫੀ ਇੱਥੇ ਮੁਕੱਦਮੇ ਵੀ ਕਾਫੀ ਹੁੰਦੇ ਨੇ, ਕਿਉਂਕਿ ਲੜਾਈਆਂ ਝਗੜੇ ਵੀ ਰਾਤਾਂ ਨੂੰ ਇੱਥੇ ਬਹੁਤ ਹੁੰਦੇ ਨੇ, ਜਿਸ ਤੋਂ ਬਾਅਦ ਪੁਲਿਸ ਨੂੰ ਐਕਸ਼ਨ ਲੈਣਾ ਪੈਂਦਾ। ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਗੱਡੀਆਂ ਇੱਥੇ ਜਿਹੜੇ ਕਿ ਕਾਲੇ ਸ਼ੀਸ਼ੇ ਕਰਕੇ ਗੱਡੀਆਂ ਘੁੰਮ ਰਹੀਆਂ ਨੇ। ਸੋ ਇੱਧਰ ਤਸਵੀਰਾਂ ਦਿਖਾਉਂਦੇ ਹਾਂ ਤੁਹਾਨੂੰ ਇੱਕ ਵਾਰੀ ਕਿਸ ਤਰ੍ਹਾਂ ਗੱਡੀਆਂ ਜਿਹੜੀਆਂ ਘੁੰਮ ਰਹੀਆਂ ਨੇ। ਸੋ ਬਿਲਕੁਲ ਕੈਮਰਾਮੈਨ ਨੂੰ ਕਹਾਂਗਾ ਥੋੜ੍ਹਾ ਸਾਈਡ ਆ ਜਾਵੇ, ਕਿਉਂਕਿ ਕਾਫੀ ਕਈ ਵਾਰੀ ਤੇਜ਼ ਮੰਡੀਰ ਜਿਹੜੀ ਕਿ ਗੱਡੀ ਲੈ ਕੇ ਲੰਘਦੀ ਹੈ, ਕਈ ਵਾਰੀ 60 ਫੀਟ ਲੱਗਣ ਦਾ ਡਰ ਹੁੰਦਾ। ਸੋ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਜਿਹੜੀ ਇਹ ਸੜਕ ਹੈ, ਕਿਉਂਕਿ ਕਈ ਵਾਰੀ ਮਾਰਕੀਟ ਵਾਲਿਆਂ ਨਾਲ ਗੱਲ ਕੀਤੀ ਹੈ, ਕਹਿੰਦੇ ਪੁਲਿਸ ਬਹੁਤ ਵਾਰੀ ਐਕਸ਼ਨ ਲੈ ਚੁੱਕੀ ਹੈ, ਪੁਲਿਸ ਨੂੰ ਜਦੋਂ ਕੰਪਲੇਂਟ ਕਰਦੇ ਹਾਂ ਪੁਲਿਸ ਆ ਤਾਂ ਜਾਂਦੀ ਹੈ, ਪਰ ਕਿੰਨੀਆਂ ਕੁ ਤੇ ਪੁਲਿਸ ਐਕਸ਼ਨ ਲਵੇ ਕਿ ਆਏ ਦਿਨ ਹੀ ਜਿਹੜਾ 3B2 ਹੈ ਇੱਥੇ ਮਤਲਬ ਇਸੇ ਤਰ੍ਹਾਂ ਜਿਹੜੀਆਂ ਕਿ ਗੇੜੀਆਂ ਲੱਗਦੀਆਂ ਨੇ, ਵੱਡੇ ਵੱਡੇ ਘਰਾਂ ਦੇ ਜਿਹੜੇ ਮੁੰਡੇ ਨੇ ਜਾਂ ਕਹਿ ਸਕਦੇ ਆ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਜਿਹੜੇ ਕਿ ਇੱਥੇ ਇਸੇ ਤਰ੍ਹਾਂ ਗੇੜੀਆਂ ਲਾਉਂਦੇ ਨੇ। ਸੋ ਬਿਲਕੁਲ ਇੱਕ ਵਾਰੀ ਤਸਵੀਰਾਂ ਤੁਸੀਂ ਦੇਖੋ, ਤਸਵੀਰਾਂ ਦਿਖਾਉਂਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਜਿਹੜੇ ਕਿ ਇੱਥੇ ਲੋਕ ਨੇ, ਬਹੁਤ ਹੀ ਫੇਮਸ ਮਾਰਕੀਟ ਹੈ, ਕਿਉਂਕਿ ਇੱਥੇ ਵੱਡੇ ਵੱਡੇ ਜਿਹੜੇ ਕਿ ਫੂਡ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ, ਕਿਉਂਕਿ ਕਾਫੀ 3B2 ਦੇ ਵਿੱਚ ਜੇ ਆਪਾਂ ਕਹਿ ਦਈਏ ਵੀ ਕਾਫੀ ਜਿਹੜਾ ਕਿ ਕੱਪੜੇ ਦੀ, ਕਿਉਂਕਿ ਮਾਰਕੀਟ ਬਹੁਤ ਮਸ਼ਹੂਰ ਜਿਹੜੀ ਕਿ ਮਾਰਕੀਟ ਆ, ਲੋਕ ਸਵੇਰੇ ਸ਼ਾਮ ਇੱਥੇ ਤੁਰੇ ਰਹਿੰਦੇ ਨੇ ਕੋਈ ਨਾ ਕੋਈ ਸਮਾਨ ਲੈਣ ਜਾਂ ਮਾਰਕੀਟ ਦੇ ਵਿੱਚ, ਪਰ ਤੁਸੀਂ ਹਾਲਾਤ ਤੁਹਾਨੂੰ ਦਿਖਾਉਂਦੇ ਹਾਂ। ਇਸੇ ਤਰ੍ਹਾਂ ਲੋਕ ਗੱਡੀਆਂ ਦੇ ਅੱਗੇ ਬੈਠੇ ਰਹਿੰਦੇ ਨੇ ਜਿਹੜੇ ਮੁੰਡੇ ਆ, ਕਿਸੇ ਪਾਸੇ ਵੀ ਦੇਖ ਲਓਗੇ ਤੁਸੀਂ ਚਾਰ ਚਾਰ ਮੁੰਡਿਆਂ ਦਾ, 6-6 ਮੁੰਡਿਆਂ ਦਾ ਟੋਲਾ ਜਿਹੜਾ ਇੱਥੇ ਖੜ੍ਹਾ ਰਹਿੰਦਾ, ਪਰ ਉਹਨਾਂ ਲੋਕਾਂ ਤੋਂ ਵੀ ਜਾਣਾਂਗੇ ਜਿਹੜੇ 3B2 ਦੇ ਲੋਕ ਨੇ, ਉਹਨਾਂ ਕੋਲ ਵੀ ਜਾਣਾਂਗੇ, ਉਹ ਇਸ ਚੀਜ਼ ਤੋਂ ਖੁਸ਼ ਨੇ ਜਾਂ ਨਾਰਾਜ਼ ਨੇ। ਜੇ ਕਿਸੇ ਲੋਕ ਨੇ ਕਿਸੇ ਫੈਮਿਲੀ ਨੇ ਇੱਥੇ ਆਉਣਾ ਹੋਵੇ ਤਾਂ ਉਹ ਕੀ ਫੀਲ ਕਰਦੇ ਨੇ, ਆਪ ਆਉਂਦੇ ਨੇ ਸੇਫ ਨੇ ਫੈਮਿਲੀ ਵਾਲੇ ਇੱਥੇ ਆਉਣਾ। ਸੋ ਬਿਲਕੁਲ ਜਾਣਦੇ ਆ ਲੋਕਾਂ ਤੋਂ,
ਵੀ ਕਿਸ ਤਰ੍ਹਾਂ ਕਿਵੇਂ ਦਾ ਮਹਿਸੂਸ ਕਰਦੇ ਨੇ ਉਹ? ਇੱਕ ਵਾਰੀ ਮੁੜ ਕੇ ਤੁਸੀਂ ਦੇਖ ਸਕਦੇ ਹੋ ਸ਼ੋਰੂਮਾਂ ਦੀ ਜਿਹੜੀ ਅੱਗੇ ਵਾਲੀ ਮਾਰਕੀਟ ਹੈ ਇਹ ਕਿਵੇਂ, ਇਹ ਕਰੋੜਾਂ ਦੇ ਸ਼ੋਰੂਮ ਨੇ, ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਪੂਰੀ ਤੁਸੀਂ ਲਾਈਨ ਦੇਖ ਸਕਦੇ ਹੋ ਜਿੱਥੇ ਕਿ ਫੁੱਟਪਾਥ ਕਹਿ ਦਈਏ ਆਪਾਂ ਲੋਕਾਂ ਦੇ ਆ ਬਰਾਂਡਿਆਂ ਤੋਂ ਬਾਹਰ ਜਿਹੜੀ ਲੋਕਾਂ ਦੇ ਤੁਰਨ ਦੀ ਥਾਂ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਵੱਡੇ ਪੱਧਰ 'ਤੇ ਕਬਜ਼ਾ ਕਹਿ ਸਕਦੇ ਹਾਂ ਜਾਂ ਇਹਨਾਂ ਦੀ ਪਰਚੀ ਕੱਟੀ ਹੈ ਕੀ ਹੈ, ਸਾਰਿਆਂ 'ਤੇ ਗੱਲਬਾਤ ਵੀ ਕਰਾਂਗੇ ਲੋਕਾਂ ਦੇ ਨਾਲ। ਤੁਸੀਂ ਦੇਖ ਸਕ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਕਿਸ ਤਰ੍ਹਾਂ ਇਹ ਜਿਹੜੀਆਂ ਪੂਰੀ ਦੀਆਂ ਪੂਰੀਆਂ ਮਾਰਕੀਟਾਂ ਸ਼ੋਰੂਮਾਂ ਦੀ ਅੱਗੇ ਮਾਰਕੀਟ ਸੀ ਪੂਰੀਆਂ ਪ੍ਰੋਪਰ ਬਣੀਆਂ ਹੋਈਆਂ ਨੇ ਸਿਰੇ ਤੋਂ ਸਿਰੇ ਤੱਕ। ਕੈਮਰਾਮੈਨ ਨੂੰ ਕਹਾਂਗਾ ਦੂਜੇ ਪਾਸੇ ਵੀ ਦਿਖਾਇਆ ਜਾਵੇ ਕਿਵੇਂ, ਚਾਹੇ ਕੋਈ ਮੋਬਾਈਲ ਵਾਲਾ ਹੋਵੇ ਚਾਹੇ ਕੋਈ ਅਸੈਸਰੀ ਵੇਚਦਾ, ਕੁਛ ਵੀ ਤੁਸੀਂ ਦੇਖ ਸਕਦੇ ਹੋ। ਫੁੱਟਪਾਥ ਦੇ ਉੱਪਰ ਚਿਕਨ ਤੱਕ ਦੀਆਂ ਜਿਹੜੀਆਂ ਕਿ ਦੁਕਾਨਾਂ ਖੁੱਲੀਆਂ ਹੋਈਆਂ ਨੇ, ਮਾਰਕੀਟ ਜਿਹੜੇ ਮਾਰਕੀਟ ਵਾਲੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਤੁਸੀਂ ਦੇਖ ਸਕਦੇ ਹੋ। ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿੱਥੇ ਜਿੱਥੇ ਗੱਡੀ ਖੜਾਉਣ ਦੀ ਜਗ੍ਹਾ ਹੈ ਉੱਥੇ ਕਿਵੇਂ ਆਹ ਜਿਹੜਾ ਕਿ ਰੇਹੜੀ ਲਗਾ ਕੇ ਉੱਥੇ ਸਮਾਨ ਵੇਚਿਆ ਜਾ ਰਿਹਾ ਆ। ਪਰ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਬਿਲਕੁਲ ਬਿਲਕੁਲ ਦੁਬਾਰਾ ਦੁਕਾਨਦਾਰ ਜਿਹੜੇ ਕਿ ਨਾਲ ਨੇ ਉਹ ਕਹਿ ਰਹੇ ਵੀ ਤੁਹਾਨੂੰ ਦਿਖਾਉਂਦੇ ਹਾਂ ਵੀ। ਹਾਂਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਰਜੀਵ ਭਾਟੀਆ। ਭਾਟੀਆ ਸਾਹਿਬ, ਕਿਵੇਂ ਦੇਖਦੇ ਹੋ 3B2 ਦੇ ਹਾਲਾਤ ਦੇਖੇ ਸੀਗੇ ਜਿੱਥੇ ਲੋਕਾਂ ਨੇ ਗੱਡੀਆਂ ਖੜਾਉਣੀਆਂ ਉੱਥੇ ਮੂਹੜੇ ਰੱਖੇ ਹੋਏ ਨੇ ਜਾਂ ਮੰਜੇ ਡਾਏ ਹੋਏ ਨੇ, ਦੁਕਾਨਦਾਰੀ ਚੱਲਦੀ ਪਈ ਹੈ, ਇੱਕ ਪਾਸੇ ਕਹਿੰਦੇ ਪਾਰਕਿੰਗ 'ਚ ਗੱਡੀਆਂ ਖੜਾਉਣ ਨੂੰ ਥਾਂ ਨਹੀਂ ਹੈਗੀ, ਪਰ ਕੀ ਹਾਲਾਤ ਦੇਖਦੇ ਹੋ ਆ ਗੇੜੀ ਜਿਹੜੀ ਵੱਜਦੀ ਹੈ ਕਿਵੇਂ ਮਹਿਸੂਸ ਕਰਦੇ ਹੋ? ਸਰ, ਅਸੀਂ ਤਾਂ ਬਹੁਤ ਜ਼ਿਆਦਾ ਦੁਖੀ ਹਾਂ ਬਈ, ਅਸੀਂ ਮਗੀ ਸ਼ੋਰੂਮ ਦੇ ਇੰਨੇ ਖਰਚੇ ਕੱਢਣੇ ਸਭ ਚੀਜ਼ਾਂ ਨੂੰ ਦੇਖਣਾ, ਦੇਖਦੇ ਹੋਏ ਸਾਡੇ ਲੋਕਾਂ ਦਾ ਜਿਹੜਾ ਬਿਜ਼ਨਸ ਹੈ ਡੇ ਬਾਈ ਡੇ ਘੱਟਦਾ ਪਿਆ। ਠੀਕ ਹੈ, ਅਸੀਂ ਕਿੰਨੀ ਵਾਰੀ ਬਾਕੀ ਜਿਹੜੇ ਜੋ ਵੀ ਅਥਾਰਟੀਜ਼ ਹੈ ਉਹਨਾਂ ਨੂੰ ਮਿਲ ਚੁੱਕੇ ਹਾਂ, ਬਾਕੀ ਅਥਾਰਟੀਜ਼ ਨੂੰ ਅਸੀਂ ਮਿਲੇ ਹਾਂ ਅਤੇ ਅਥਾਰਟੀਜ਼ ਦੇ ਨਾਲ ਅਸੀਂ ਤੋਂ ਗੱਲ ਕਰਦੇ ਹਾਂ ਨਾ, ਬਾਕੀ ਜਿਹੜਿਆਂ ਦਾ ਕੰਮ ਇਹਨੂੰ ਇੰਪਰੂਵ ਕਰਨਾ, ਉਹ ਉਹਨਾਂ ਦਾ ਇਹ ਕਹਿਣਾ ਵੀ ਸਾਡੀ ਜਿਹੜੀ ਫੈਮਿਲੀਜ਼ ਹੈ, ਖੁਦ ਉਹਨਾਂ ਦਾ ਆਪਣੀ ਸਟੇਟਮੈਂਟ ਹੈ ਕਿ ਅਸੀਂ 3B2 ਦੀ ਮਾਰਕੀਟ 'ਚ ਅਸੀਂ ਆਪਣੀ ਫੈਮਿਲੀ ਨੂੰ ਨਹੀਂ ਭੇਜਦੇ, ਸਾਡੀ ਫੈਮਿਲੀ ਚੰਡੀਗੜ੍ਹ ਚੱਲ। ਅਫਸਰ ਲੋਕ ਕਹਿੰਦੇ ਨੇ ਜਿਹਨਾਂ ਕੋਲ ਅਥਾਰਟੀ ਹੈ ਕਿ ਵੀ ਜਿਹੜੇ ਅਸੀਂ 3B2 ਦੀ ਮਾਰਕੀਟ 'ਚ ਆਪਣੇ ਜਿਹੜੇ ਫੈਮਿਲੀ ਦੇ ਬੱਚੇ ਲੜਕੀਆਂ ਬੇਟੀਆਂ ਬੇਟਿਆਂ ਜੋ ਬੇਟਿਆਂ ਦੇ ਕਹਿੰਦੇ ਬੱਚੇ ਫੈਮਿਲੀ ਉਹਨਾਂ ਦੀ ਜਿਹੜੀ ਹੈ ਇੱਥੇ ਨਹੀਂ ਆਉਂਦੇ। ਤੁਹਾਡੀ ਦੁਕਾਨਦਾਰੀ 'ਤੇ ਕੋਈ ਪ੍ਰਭਾਵ ਪੈਂਦਾ ਇਸ ਕਰਕੇ ਵੀ ਤੁਹਾਨੂੰ ਕੀ ਲੱਗਦਾ ਜਿਵੇਂ ਗੇੜੀ ਵੱਜਦੀ ਹੈ ਮੰਡੀਰ ਦੀ ਮੰਡੀਰ ਇੱਥੇ ਪੰਜ ਪੰਜ ਛੇ ਛੇ ਟੋਲੇ ਲੈ ਕੇ ਮੁੰਡੇ ਖੜ੍ਹੇ ਰਹਿੰਦੇ ਨੇ, ਪੁਲਿਸ ਕੋਈ ਕਾਰਵਾਈ ਨਹੀਂ ਕਰਦੀ? ਸਰ, ਇਸ ਚੀਜ਼ ਦਾ ਪਤਾ ਕੀ ਹੈ, ਦੇਖੋ ਹੁਣ ਤੁਸੀਂ ਪੱਤਰਕਾਰ ਲੋਕ ਹੋ, ਤੁਸੀਂ ਖੁਦ ਦੇਖੋ, ਤੁਸੀਂ ਥੋੜ੍ਹੀ ਦੇਰ 'ਚ ਦੇਖੋਗੇ ਇਹ ਪੂਰਾ ਇੱਕ ਜਿਹੜਾ ਹੁੰਦਾ ਨਾ ਕੋਈ ਹਾਤਾ ਬਾਰ, ਉਹਦੀ ਕੋਈ ਲਿਮਿਟੇਸ਼ਨ ਹੁੰਦੀ ਹੈ, ਇੱਥੇ ਕੋਈ ਲਿਮਿਟੇਸ਼ਨ ਨਹੀਂ ਹੈ, ਇੱਥੇ ਜਿਹਦਾ ਦਿਲ ਕਰਦਾ ਗੱਡੀ 'ਚ ਬੈਠ ਕੇ ਦਾਰੂ ਪੀਣੀ ਸ਼ੁਰੂ ਕਰ ਦਿੰਦਾ। ਔਰ ਪੁਲਿਸ ਵਾਲੇ ਦੇ ਬੜੀ ਸਿੱਧੀ ਗੱਲ, ਦੇਖੋ ਆਪਾਂ ਕਿਸੇ ਦੇ ਉਂਗਲ ਚੱਕੀ ਹੈ, ਅਥਾਰਟੀਜ਼ ਜਿਹੜੀਆਂ ਹੈਗੀਆਂ ਨੇ ਜਿਹਨਾਂ ਨੂੰ ਪਾਵਰ ਦਿੱਤੀ ਗਈ ਹੈ, ਜਿਹਨਾਂ ਨੂੰ ਜਿਸ ਚੀਜ਼ ਦੇ ਪੈਸੇ ਮਿਲਦੇ ਨੇ, ਜਿਹੜਾ ਉਹ ਸਿਸਟਮ ਹੈ ਉਹ ਆਪਣਾ ਪੂਰੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ। ਫੈਮਿਲੀਆਂ ਨਹੀਂ ਆਉਣੇ ਹੁੰਦੇ ਕੱਪੜੇ ਖਰੀਦਣ, ਕੋਈ ਮਾਰਕੀਟ 'ਚ ਕੋਈ ਵੀ ਸਮਾਨ ਲੈਣਾ ਹੁੰਦਾ ਫੈਮਿਲੀਜ਼ ਕਹਿੰਦੇ ਨਹੀਂ ਆ ਪਾਉਂਦੇ। ਸਰ, ਪਤਾ ਉਹਦਾ ਰੀਜ਼ਨ ਇਹੀ ਹੈ ਕਿ ਦੇਖੋ ਇੱਕ ਤਾਂ ਮੁੰਡੇ ਦੇਖੋ ਹੁਣ ਜਿਹੜੇ ਗੇੜੀ ਰੂਟ ਸ਼ੁਰੂ ਹੋ ਗਿਆ ਜੀ ਇੱਥੇ ਮਾਰਕੀਟ ਦੇ ਵਿੱਚ, ਇਹ ਗੱਡੀਆਂ ਚੱਲ ਰਹੀਆਂ ਨੇ, ਜਿਹੜੇ ਬੰਦੇ ਨੇ ਐਕਚੁਅਲ ਵਾਇਰ ਹੈ ਉਹਨੇ ਮਾਰਕੀਟ 'ਚ ਆਉਣਾ, ਉਹ ਕਹੂਗਾ ਮੈਂ ਗੱਡੀ 'ਤੇ ਆ ਰਿਹਾ ਤਾਂ ਮੇਰੀ ਗੱਡੀ ਪ੍ਰੋਪਰ ਪਾਰਕ ਹੋਣੀ ਚਾਹੀਦੀ ਹੈ। ਹੁਣ ਪਾਰਕ ਕਰਦੇ ਕਰਦੇ ਹੁਣ ਕਿਸੇ ਨਾਲ ਗੱਡੀ ਲੱਗ ਗਈ ਕਿਸੇ ਨਾਲ ਲੱਗ ਗਈ, ਆਪਸ ਉਹ ਲੜਾਈ ਝਗੜੇ ਤੋਂ ਬਚਦੇ ਹੋਏ ਬਚਣ ਵਾਸਤੇ, ਕਿਉਂਕਿ ਮੰਡੀਰ ਮੁੰਡੇ ਜਿਹੜੇ ਹੈਗੇ ਨੇ ਆਪਣਾ ਮਤਲਬ ਯੰਗ ਮੁੰਡੇ ਨੇ ਉਹ ਬਰਦਾਸ਼ਤ ਨਹੀਂ ਕਰਦੇ, ਕੋਈ ਫੈਮਿਲੀ ਨਾਲ ਬੰਦਾ ਆਇਆ ਉਹ ਗੱਡੀ ਕਿਤੇ ਲਗਾ ਰਿਹਾ, ਕੁਛ ਉਹਨੂੰ ਜਗ੍ਹਾ ਨਹੀਂ ਮਿਲਦੀ, ਕਿਤੇ ਉਹ ਪਿੱਛੇ ਨੂੰ ਕੱਢ ਰਹੇ, ਬਾਕੀ ਆਪਾਂ ਲਾ ਲਓ ਮੈਂ ਆਪਣੀ ਗੱਡੀ ਇੱਥੇ ਲਗਾਊਂਗਾ ਨਾ ਜੀ ਤਾਂ ਮੈਨੂੰ ਕੱਢਣ 'ਚ ਘੱਟ ਤੋਂ ਘੱਟ ਅੱਧਾ ਘੰਟਾ ਲੱਗ ਜੂਗਾ ਉਹਦੇ 'ਚ। ਉਹਦਾ ਰਾਤੀ ਅਸੀਂ ਜਦੋਂ ਮਤਲਬ 9:30 ਵਜੇ ਅਸੀਂ ਦੁਕਾਨ ਵਧਾਉਂਦੇ ਹਾਂ, ਉਸ ਤੋਂ ਬਾਅਦ ਜਦੋਂ ਅਸੀਂ ਗੱਡੀ ਕਦੇ ਤੱਕ ਪਹੁੰਚਦੇ ਹਾਂ, ਪਹੁੰਚਣ ਤੋਂ ਬਾਅਦ ਅਸੀਂ ਦੇਖਦੇ ਹਾਂ ਉਹਦੇ ਉੱਪਰ ਕੋਈ ਕਿਸੇ ਦੀ ਬੀਅਰ ਦੀ ਬੋਤਲਾਂ ਕਿਸੇ ਛੱਡੀਆਂ ਹੋਈਆਂ, ਕਿਸੇ ਦਾਰੂ ਦੀ ਬੋਤਲਾਂ ਛੱਡੀਆਂ ਹੋਈਆਂ ਨੇ, ਅਤੇ ਮਤਲਬ ਅਸੀਂ ਤਾਂ ਅੰਦਰ ਆਪਣੀ ਦੁਕਾਨ ਅੰਦਰ ਕੰਮ ਕਰਦੇ ਹਾਂ, ਅਸੀਂ ਫਿਰ ਦੇਖ ਲਈਦਾ
ਲੇਕਿਨ ਜਿਹੜੀ ਮੰਨ ਲਓ ਇੱਥੇ ਜੋ ਅਥਾਰਟੀਜ਼ ਹੈ ਜਿਨ੍ਹਾਂ ਦਾ ਕੰਮ ਇਹ ਕਰਨਾ ਹੈਗਾ ਤਾਂ ਉਹਨਾਂ ਨੂੰ ਵੀ ਇਹ ਦੇਖਣਾ ਚਾਹੀਦਾ। ਬਹੁਤ ਵੱਡੀ ਗੱਲ ਹੈ ਕਿਉਂਕਿ ਪ੍ਰਸ਼ਾਸਨ ਇਹ 3B2 ਜਿਹੜਾ ਮੋਹਾਲੀ ਦਾ ਸੈਕਟਰ ਹੈ ਫੇਜ਼ ਹੈ ਬਹੁਤ ਫੇਮਸ ਹੈ, ਬਹੁਤ ਵੱਡੀ ਮਾਰਕੀਟ ਹੈ, ਹਰੇਕ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਵਪਾਰੀ ਵੀ ਕਹਿ ਸਕਦੇ ਹਾਂ, ਦੁਕਾਨਦਾਰ ਵੀ ਕਹਿ ਸਕਦੇ ਹਾਂ, ਸੀਨੀਅਰ ਆਫਿਸਰਸ ਵੀ ਕਹਿ ਸਕਦੇ, ਉਹਨਾਂ ਦੇ ਵੀ ਪਰਿਵਾਰ ਇੱਥੇ ਆਉਂਦੇ ਨੇ, ਪਰ ਜਿਵੇਂ ਇਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਵੀ ਆਉਣ ਤੋਂ ਡਰਦੇ ਨਹੀਂ ਇੱਥੇ। ਹਾਂਜੀ ਹਾਂਜੀ, ਉਹਨਾਂ ਨੇ ਖੁਦ ਆਪਣੇ ਮੂੰਹ ਕਿਹਾ ਜੀ ਹੁਣ ਅਸੀਂ ਕਿਸੇ ਦਾ ਨਾਂ ਨਹੀਂ ਲਵਾਂਗੇ, ਅਸੀਂ ਆਪਣੀ ਫੈਮਿਲੀ ਨੂੰ ਇੱਥੇ ਇਸ ਮਾਰਕੀਟ 'ਚ ਨਹੀਂ ਭੇਜਦੇ, 3B2 ਮਾਰਕੀਟ 'ਚ ਨਹੀਂ ਭੇਜਦੇ। ਤੁਸੀਂ ਇਹ ਲਗਾਓ ਵੀ ਅਸੀਂ ਜਿਹੜੇ ਬੰਦੇ ਜਿਹੜੇ ਮੰਨ ਲਓ ਆਫਿਸਰ ਕਲਾਸ ਦੇ ਬੰਦੇ ਹੈ ਜੇ ਉਹੀ ਨਹੀਂ ਮਾਰਕੀਟ 'ਚ ਆਉਣਗੇ, ਹੁਣ ਜਿਹੜੇ ਮੁੰਡੇ ਨੇ ਇਹਨਾਂ ਨੇ ਕੀ ਇਹਨਾਂ ਨੇ ਕਿਤੋਂ ਦੀ ਕਿਤੋਂ ਸਮੋਸਾ ਖਾ ਲਿਆ, ਕਿਤੋਂ ਕੋਈ ਕੁਛ ਕਰ ਲਿਆ, ਅਤੇ ਉਹਨਾਂ ਨੇ ਗੇੜੀ ਰੁੜ ਲਾਣੀ ਕਿਉਂਕਿ ਉਹਨਾਂ ਦਾ ਦੇਖੋ ਆਪਣਾ ਇੱਕ ਬਜਟ ਹੈ। ਜਿਹੜੇ ਸਟੂਡੈਂਟਸ ਲਾ ਲਓ ਜਾਂ ਜਿਹੜੇ ਮਾਂ ਯੰਗਸਟਰਸ ਹੈ ਉਹ ਉਸ ਹਿਸਾਬ ਨਾਲ ਸਪੈਂਡ ਨਹੀਂ ਕਰ ਸਕਦੇ ਕਿ ਲਗਾਤਾਰ ਮੁੰਡਿਆਂ ਦੀ ਹੇਡ ਦੀ ਹੇਡ ਇੱਥੇ ਘੁੰਮਦੀ ਪਈ ਆ, ਹਰੇਕ ਫੈਮਿਲੀ ਨੂੰ ਡਰ ਹੈ ਕੋਈ ਛੇੜਛਾੜ ਜਾਂ ਸਰ ਸੈਕਟਰੀ। ਸਭ ਤੋਂ ਮੇਨ ਚੀਜ਼ ਹੈ ਦੇਖੋ ਜਿਹੜਾ ਬਿਜ਼ਨਸ ਹੈ ਇਹ ਦੇਖੋ ਜਿਹੜੀ ਮਾਰਕੀਟ ਦੇ ਵਿੱਚ ਹੈ, ਕੁਛ ਲੈਂਡਲੋਰਡਸ ਹੈ ਜਿਹੜੇ ਆਪਣੇ ਪ੍ਰਿੰਸੀਸ 'ਚ ਕੰਮ ਕਰ ਰਹੇ ਆ, ਕੁਛ ਜਿਹੜੇ ਟੈਨੈਂਟਸ ਹੈ ਕਿਰਾਇਆ ਦੇ ਉੱਪਰ ਕਰ ਰਹੇ ਨੇ, ਲੇਕਿਨ ਇਹਦੇ ਵਿੱਚ ਅਲਟੀਮੇਟਲੀ ਜਿਹੜੀ ਗੇਮ ਹੈ ਜਿਹੜੀ ਮਾਰਕੀਟ 'ਚ ਕਰਾਊਡ ਦੇਖ ਕੇ ਬਾਹਰੋਂ ਬੰਦਾ ਆਉਂਦਾ ਉਹ ਕਹਿੰਦਾ ਯਾਰ ਇਹ ਮਾਰਕੀਟ 'ਚ ਭਾਈ ਕੰਮ ਹੀ ਬੜਾ, ਬਾਕੀ ਮਾਰਕੀਟਾਂ ਖਾਲੀ ਪਈਆਂ ਇੱਥੇ ਕੰਮ ਬੜਾ। ਅਤੇ ਜਦੋਂ ਡਿਮਾਂਡ ਜਿਹੜੀ ਉਹ ਜ਼ਿਆਦਾ ਵੱਧ ਗਈ, ਜਿਹੜਾ ਲੈਂਡਲੋਰਡ ਹੈ ਉਹ ਸੋਚਦਾ ਯਾਰ ਮੈਂ ਇੱਥੇ ਭਾਈ ਮੇਰੇ ਕੋਲ ਤਾਂ ਸਾਰਾ ਚਾਰ ਚਾਰ ਬੰਦੇ ਫੋਨ ਕਰਦੇ ਪਏ ਨੇ, ਮੇਰਾ ਸ਼ੋਰੂਮ ਦੇ ਅੱਜ ਟੂਲਰ ਲੱਗਿਆ ਸਰ 50 ਦੇਣਾ ਮੈਂ ਇੱਕ ਨੂੰ ਹੈ, 500 ਬੰਦੇ ਦਾ ਫੋਨ ਮੈਨੂੰ ਆ ਰਿਹਾ। ਉਹ ਕਹਿੰਦਾ ਵੀ ਡਿਮਾਂਡ ਜ਼ਿਆਦਾ ਕਿਰਾਇਆ ਵਧਾ ਦਿਉ। ਉਹਦੇ 'ਚ ਜਿਹੜਾ ਨਜ਼ਲਾ ਹੈਗਾ ਜਿਹੜੇ ਬੰਦੇ ਪੁਰਾਣੇ ਬੈਠੇ ਹੋਏ ਆ ਇਹਦਾ ਅੰਦਰ ਜਦੋਂ ਬੰਦਾ ਵੜਦਾ ਫਿਰ ਉਹਨੂੰ ਪੁੱਛੋ ਕਿ ਭਾਈ ਕਿੰਨਾ ਕੰਮ ਹੈ, ਕਿੰਨਾ ਤੂੰ ਕਿਰਾਇਆ ਕੱਢ ਸਕਦਾ, ਉਹ ਬਾਅਦ 'ਚ ਪਤਾ ਲੱਗਦਾ। ਹਾਂਜੀ, ਕੀ ਨਾਮ ਹੈ ਜੀ? ਮੈਂ ਚੰਦਰ ਬਠਲਾ ਜੀ। ਕਿਵੇਂ ਦੇਖਦੇ ਹੋ ਜਿਵੇਂ ਭਾਟੀਆ ਸਾਹਿਬ ਨੇ ਗੱਲ ਕਹੀ ਹੈ ਵੀ ਉਰੇ ਮੰਡੀਰ ਹੋ ਗਈ, ਮੁੰਡਿਆਂ ਦੇ ਮੁੰਡੇ ਘੁੰਮਦੇ ਨੇ, ਕਿਵੇਂ ਤੁਹਾਡਾ ਕਾਹਦਾ ਕੰਮ ਹੈ? ਮੇਰਾ ਰੈਡੀਮੇਡ ਗਾਰਮੈਂਟ ਦਾ ਕੰਮ। ਰੈਡੀਮੇਡ ਗਾਰਮੈਂਟ ਦਾ, ਇਹ ਜਿਵੇਂ ਕਹਿੰਦੇ ਫੈਮਿਲੀਜ਼ ਦੇ ਨਾਲ ਲੋਕ ਇੱਥੇ ਆਉਣ ਨੂੰ ਬਹੁਤ ਕਤਰਾਉਂਦੇ ਨੇ। ਆਉਂਦੇ ਨਹੀਂ ਬਿਲਕੁਲ ਜੀ, ਮੈਂ 3B2 ਵੀ ਸਾਡੇ ਮੇਰੇ ਆਪਣੀ ਕੋਠੀ ਹੈਗੀ ਹੈ, ਸਾਡੇ ਜਿਹੜੀ ਵੈਲਫੇਅਰ ਲੇਡੀਜ਼ ਵੈਲਫੇਅਰ ਐਸੋਸੀਏਸ਼ਨ ਬਣੀ ਹੋਈ ਹੈ, ਉਹ ਕਹਿੰਦੇ ਸਾਨੂੰ 2-2 ਸਾਲ ਹੋ ਗਏ ਨੇ ਮਾਰਕੀਟ ਜਾਏ ਤੋਂ 3B2 ਦੀ ਮਾਰਕੀਟ, ਆਪਣੀ ਮਾਰਕੀਟ ਅੱਛੀ। ਉਹ ਪਰਚੇਜ਼ ਕਰਨ ਵਾਸਤੇ 5 ਫੇਸ ਜਾਣਗੇ ਜਾਂ 7 ਫੇਸ ਜਾਣਗੇ, ਫੈਮਿਲੀ ਉੱਧਰ ਮਾਹੌਲ ਹੈ, ਇੱਥੇ ਫੈਮਿਲੀ ਦਾ ਮਾਹੌਲ ਹੈ ਹੀ ਨਹੀਂ ਬਿਲਕੁਲ ਵੀ। ਅਤੇ ਰਾਤ ਨੂੰ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਖਾਣ ਪੀਣ ਦੀਆਂ 24 ਘੰਟੇ ਖੁੱਲਦੀਆਂ ਨੇ, ਬੰਦ ਨਹੀਂ ਹੁੰਦੀਆਂ। ਕਰੋੜਾਂ ਦੇ ਸ਼ੋਰੂਮ ਨਜ਼ਰ ਆ ਰਹੇ ਨੇ, ਜਿਹੜੀ ਅੱਗੇ ਆ ਨਜਾਇਜ਼ ਰੇਹੜੀ ਫੜੀ ਕਹਿ ਸਕਦੇ ਹਾਂ ਆਪਾਂ, ਕੋਈ ਵੀ ਬੰਦਾ ਸਮਾਨ ਵੇਚ ਰਿਹਾ, ਇਹ ਕੋਈ ਪ੍ਰਸ਼ਾਸਨ ਦੀ ਪਰਚੀ ਹੁੰਦੀ ਹੈ ਕਿ ਨਜਾਇਜ਼ ਨੇ? ਮੋਸਟਲੀ ਨਜਾਇਜ਼ ਹੀ ਹੈਗੇ, ਕੋਈ ਪਰਚੀ ਪੁਰਚੀ ਕਿਸੇ ਕਰਦੇ ਕੱਟ ਦੇ ਕਰਦੇ ਨੇ, ਜ਼ਿਆਦਾਤਰ ਨਜਾਇਜ਼ ਹੁੰਦੇ ਨੇ। ਖੁੱਲ੍ਹ ਕੇ ਤੁਹਾਨੂੰ ਗੱਲ ਦੱਸੀ ਹੈ, ਇਹ 'ਚ ਕੀ ਹੈ ਕਿ ਦੁਕਾਨਦਾਰ ਆ ਗਿਆ ਜੀ, ਕਿਰਾਇਆ ਹੋਣਾ ਚਾਹੀਦਾ 70,000-80,000, ਉਹਨੇ 1.5 ਲੱਖ ਰੁਪਏ ਦੇ ਕਿਰਾਏ ਦੇ ਜਗ੍ਹਾ ਲੈ ਲਈ ਜਾਂ 2 ਲੱਖ ਦੇ ਲੈ ਲਈ, 3 ਲੱਖ ਦੇ ਲੈ ਲਿੱਤੀ। ਹੁਣ ਉਹ ਅੰਦਰ ਬੈਠਦਾ, ਅੰਦਰੋਂ ਕੁਛ ਨਿਕਲਦਾ ਨਹੀਂ, ਉਹ ਪਹਿਲੀ ਸੋਚ ਕੇ ਆਉਂਦਾ ਯਾਰ ਮੈਂ ਇੱਥੇ 4 ਫੜੀਆਂ ਲਵਾਊਂਗਾ, 40,000-40,000 ਰੁਪਏ ਇਹਨਾਂ ਤੋਂ ਲਵਾਂਗਾ। ਮਗੀ ਬੇਸਿਕਲੀ ਕੀ ਹੈ, ਇੱਕ ਸੋਰਟ ਆਫ ਸਬਲੈਟਿੰਗ ਐਟ ਦਾ ਗੌਰਮੈਂਟ ਪ੍ਰਮਿਸਿਸ। ਇੱਕ ਪਾਸੇ ਦੇਖਿਆ ਜਾਵੇ ਨਾ ਪ੍ਰਸ਼ਾਸਨ ਇਹੀ ਰੇਹੜੀ ਫੜੀਆਂ ਜਾਂ ਖੋਖਾ ਮਾਰਕੀਟ ਨੂੰ ਤੋੜ ਕੇ ਐਡੇ ਐਡੇ ਸ਼ੋਰੂਮ ਪ੍ਰਸ਼ਾਸਨ ਨੇ ਬਣਾਏ, ਫਿਰ ਉਹੀ ਰੇਹੜੀਆਂ ਫੜੀਆਂ। ਮੈਂ ਉਹੀ ਤਾਂ ਗੱਲ ਕਰਦਾ, ਜਿਹੜਾ ਦੇਖੋ ਮੈਂ ਹਮੇਸ਼ਾ ਜਿਹੜੀ ਸਾਡੀ ਐਸੋਸੀਏਸ਼ਨ ਵੀ ਹੈਗੀ ਹੈ ਉਹਦੇ 'ਚ ਮੈਂ ਇੱਕੋ ਹੀ ਗੱਲ ਬੋਲਦਾ ਕਿ ਸਾਡਾ ਆਪਾਂ ਇੱਥੇ ਵਪਾਰ ਕਰਨ ਲਈ ਆਏ ਹਾਂ, ਬਾਕੀ ਅਸੀਂ ਜੇ ਮੰਨ ਲਓ ਅੱਜ ਕੰਮ ਸ਼ੁਰੂ ਕੀਤਾ, ਸਾਡੀ ਸੇਲ 100 ਰੁਪਏ ਦੀ ਹੈ, ਤਾਂ ਸਾਡੀ ਸੇਲ ਕੰਮ ਵਧਣਾ ਚਾਹੀਦਾ ਕਿਉਂਕਿ ਸਾਡੇ ਖਰਚੇ ਵੀ ਵੱਧ ਰਹੇ ਨੇ। ਹੋਰ ਮਾਰਕੀਟ 'ਚ ਜਦੋਂ ਬੰਦਾ ਕੋਈ ਆ ਗਿਆ ਉੱਥੋਂ ਦੀ ਪਾਰਕਿੰਗ 'ਚ ਲਾਉਂਦਾ, ਉਹ ਇਹ ਤਾਂ ਨਹੀਂ ਆ ਸੋਚ ਕੇ ਆਉਂਦਾ ਕਿ ਮੈਂ ਫਲਾਣੀ ਰੇਹੜੀ ਤੋਂ ਸਮਾਨ ਲੈਣਾ, ਠੀਕ ਹੈ ਨਾ ਜੀ? ਉਹ ਤਾਂ ਇਹ ਸੋਚ ਕੇ ਆਉਂਦਾ ਕਿ ਮੈਂ ਭਾਈ ਇੱਥੇ ਜਾਊਂਗਾ, KFC ਜਾਊਂਗਾ, ਡੋਮੀਨੋਜ਼ ਜਾਊਂਗਾ, ਲੇਕਿਨ ਉਹਨੂੰ ਜਦੋਂ ਬਾਹਰ ਕਈ ਆਪਸ਼ਨ ਮਿਲਦੇ ਉੱਥੇ ਪਾਰਕਿੰਗ ਲਾਉਂਦੇ ਸਾਰੀ, ਕੋਈ ਮੋਮੋ ਵੇਚ ਰਿਹਾ, ਕੋਈ ਆਪਣਾ ਗੋਲਗੱਪੇ ਵੇਚ ਰਿਹਾ, ਪੱਕੇ ਵਪਾਰੀ ਨੇ ਉਹਨਾਂ ਦੇ ਕੰਮ ਦੇ ਉੱਪਰ ਬਹੁਤ 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 ਜ਼ਿਆਦਾ ਇਫੈਕਟ ਪੈ ਰਿਹਾ। ਜਿਹਨਾਂ ਕੋਲ ਅਥਾਰਟੀ ਹੈ ਇੱਥੋਂ ਸਮਾਨ ਚੱਕਣ ਦੀ,
ਬਾਕੀ ਜਿਹੜੇ ਮੈਂ ਕਹਿਣ ਵੀ ਇੱਥੇ ਭਾਈ ਸਮਾਨ ਚੱਕਣਾ ਹੈ ਤਾਂ ਇੱਥੇ ਗੱਡੀ ਖੜ੍ਹ ਜਾਏ, ਇੱਥੋਂ ਨਹੀਂ ਹੈ ਉਹ ਵਾਲੇ ਆਫਿਸਰਸ ਹੈ ਜਿਹੜੇ ਕਹਿੰਦੇ ਵੀ ਸਾਡੀ ਫੈਮਿਲੀਜ਼ ਵੀ ਇੱਥੇ ਨਹੀਂ ਆਉਂਦੀਆਂ। ਮੈਂ ਕਹਿੰਦਾ ਇਹ ਤੁਸੀਂ ਦੇਖੋ ਕਿੰਨੀ ਵੱਡੀ ਵਾਲੀ ਗੱਲ ਹੈ, ਅਫਸਰ ਜਿਹੜੇ ਕੁਰਸੀ 'ਤੇ ਬੈਠੇ ਅਫਸਰ ਉਹਨਾਂ ਦੇ ਵੱਡੀ ਗੱਲ ਹੈ। ਕਹਿੰਦੇ ਵੀ ਜਿਹੜੇ ਮੌਜੂਦਾ ਅਫਸਰ ਹੈ ਇਸ ਸਮੇਂ ਪ੍ਰਸ਼ਾਸਨਿਕ ਨੇ ਅਧਿਕਾਰੀ ਨੇ ਮੋਹਾਲੀ ਦੇ, ਉਹ ਵੀ ਇਹ ਗੱਲ ਕਹਿ ਰਹੇ ਵੀ ਅਸੀਂ ਆਪਣੀ ਫੈਮਿਲੀ ਨੂੰ 3B2 ਦੀ ਮਾਰਕੀਟ ਨਹੀਂ ਭੇਜ ਸਕਦੇ ਕਿਉਂਕਿ ਉਹਦੇ ਪਿੱਛੇ ਵੀ ਕੋਈ ਬਹੁਤ ਵੱਡੇ ਕਾਰਨ ਨੇ। ਦੇਖਾਂਗੇ ਆਉਣ ਵਾਲੇ ਸਮੇਂ 'ਚ ਪ੍ਰਸ਼ਾਸਨ ਦੇ ਕੰਨੀ ਕੋਈ ਜੂਸ ਸਰਕਦੀ ਹੈ, ਇਸ ਮਾਰਕੀਟ ਦਾ ਸੁਧਾਰ ਹੁੰਦਾ ਜਾਂ ਨਹੀਂ। ਕੈਮਰਾਮੈਨ ਗਗਨ ਦੇ ਨਾਲ ਹਰਜੀਤ ਮਠਾੜੂ, 10 ਅਮਰ ਨਿਊਜ਼ ਮੋਹਾਲੀ।